ਕਿਰਨ 베ਦੀ ਨੂੰ ਪੁੱਡੂਚਰੀ ਦੇ ਲੈਫਟੇਨੈਂਟ ਗਵਰਨਰ ਦੇ ਅਹੁਦੇ ਤੋਂ ਹਟਾ ਦੇਣ ਤੋਂ ਬਾਅਦ ਕਿਰਨ 베ਦੀ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਕਿਰਨ 베ਦੀ ਨੇ ਇੱਕ ਟਵੀਟ ਕਰਕੇ ਸਭ ਦਾ ਧੰਨਵਾਦ ਕੀਤਾ। ਉਹਨਾਂ ਇੱਕ ਚਿੱਠੀ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਪੁੱਡੂਚਰੀ ਦੇ ਉਪ ਮੁੱਖ ਮੰਤਰੀ ਦੇ ਤੌਰ ਤੇ ਮੇਰੇ ਅਨੁਭਵ ਲਈ ਮੈਂ ਭਾਰਤ ਸਰਕਾਰ ਦੀ ਸ਼ੁਕਰਗੁਜ਼ਾਰ ਰਹਾਂਗੀ। ਉਹਨਾਂ ਇਹ ਵੀ ਆਖਿਆ ਕਿ ਮੈਂ ਪੂਰੇ ਭਰੋਸੇ ਦੇ ਨਾਲ ਆਖ ਸਕਦੀ ਹਾਂ ਕਿ ਮੇਰੇ ਇਸ ਕਾਰਜਕਾਲ ਦੌਰਾਨ ਮੇਰੀ ਟੀਮ ਨੇ ਪੂਰੀ ਲਗਨ ਨਾਲ ਜਨਹਿਤ ਲਈ ਕੰਮ ਕੀਤਾ ਹੈ। ਇਥੇ ਦੱਸਣਾ ਬਣਦਾ ਹੈ ਕਿ ਸੱਤਾਧਾਰੀ ਕਾਂਗਰਸ ਲੰਬੇ ਸਮੇਂ ਤੋਂ ਉਹਨਾਂ ਨੂੰ ਹਟਾਉਣ ਦੀ ਮੰਗ ਕਰ ਰਹੀ ਸੀ ਕਿਰਨ 베ਦੀ ਤੇ ਮੁੱਖ ਮੰਤਰੀ ਨਰਾਇਣ ਸਵਾਮੀ ਵਿਚਾਰ ਕਈ ਮੁੱਦਿਆਂ ਤੇ ਟਕਰਾਅ ਵੀ ਚੱਲ ਰਿਹਾ ਸੀ